सो करतार पुरब वास्ते रजिस्ट्रेशन कराने वास्ते सब तो पहले आपां नूं इह साइट खोलनी पैगी। इह साइट का नाम है प्रकाश पुरब 550। इत्थे जाके आपां रजिस्ट्रेशन कर सकते हैं। तो साइट खोलने तो बाद तुसीं इस ते सारा कुछ इन्हां ने दित्ता होया जो भी मतलब कि इंस्ट्रक्शन वगैरह हैगियां भी आपां की लैके जा सकते हैं की नहीं लैके जा सकते ਕਿੱਦਾਂ ਆਪਾਂ ਜਾਣਾ ਮਤਲਬ ਕਿ ਸਾਰੀ ਡਿਟੇਲ ਵਗੈਰਾ ਇੰਸਟਰਕਸ਼ਨ ਵਗੈਰਾ ਨੇ ਇਹ ਸਾਈਟ 'ਤੇ ਦਿੱਤੀਆਂ ਹੋਈਆਂ ਨੇ ਅਤੇ ਆਪਾਂ ਫਾਰਮ ਕਿਵੇਂ ਭਰਨਾ ਇਹ ਵੀ ਇਹਨਾਂ ਨੇ ਦੱਸਿਆ ਹੋਇਆ। ਬਾਕੀ ਆਪਾਂ ਸ਼ੁਰੂ ਕਰਦੇ ਹਾਂ ਵੀ ਆਪਾਂ ਕਿਵੇਂ ਫਾਰਮ ਭਰਨਾ। ਅਪਲਾਈ ਔਨਲਾਈਨ 'ਤੇ ਕਲਿੱਕ ਕਰਨ ਤੋਂ ਬਾਅਦ ਇਹ ਪੇਜ ਖੁੱਲੇਗਾ। ਇੱਥੋਂ ਆਪਾਂ ਇੰਡੀਅਨ ਪਾਸਪੋਰਟ ਹੋਲਡਰ 'ਤੇ ਕਲਿੱਕ ਕਰਨਾ ਅਤੇ ਫਿਰ ਆਪਾਂ ਜਿਹੜੀ ਵੀ ਡੇਟ ਨੂੰ ਆਪਾਂ ਜਾਣਾ ਚਾਹੁੰਦੇ ਹਾਂ ਅੱਜ ਤੋਂ 15 ਜਿਹੜੀ ਵੀ ਦਿਨ ਤੁਸੀਂ ਸਿਲੈਕਟ ਕਰੋਗੇ ਤੋਂ 15 ਦਿਨ ਬਾਅਦ ਦਾ ਕੋਈ ਵੀ ਦਿਨ ਆਪਾਂ ਸਿਲੈਕਟ ਕਰ ਸਕਦੇ ਹਾਂ। ਦੇਖ ਲਓ ਆਪਣੇ ਅੰਦਾਜ਼ੇ ਨਾਲ ਜਿਹੜਾ ਵੀ ਤੁਹਾਨੂੰ ਜਾਂ ਸ਼ਨੀਵਾਰ ਸਹੀ ਲੱਗਦਾ ਜਾਂ ਐਤਵਾਰ, ਕਿਉਂਕਿ ਉਸ ਦਿਨ ਸੰਗਤ ਕਾਫੀ ਆਉਂਦੀ ਹੈ, ਤਾਂ ਤੁਸੀਂ ਉਹ ਸਿਲੈਕਟ ਕਰ ਸਕਦੇ ਹੋ ਅਤੇ ਉਸ ਡੇਟ ਨੂੰ ਜਾ ਸਕਦੇ ਹੋ। ਇਸ ਤੋਂ ਬਾਅਦ ਨੈਕਸਟ ਆਉਂਦਾ ਵੀ ਸਲੋਟਸ ਵਗੈਰਾ ਦੇ ਦੇਣਗੇ ਵੀ ਹਾਂ ਉਸ ਦਿਨ ਵੀ ਸੀਟਸ ਅਵੇਲੇਬਲ ਨੇ ਜਾਂ ਨਹੀਂ ਹੈਗੀਆਂ, ਤਾਂ ਤੁਸੀਂ ਇਹਨਾਂ 'ਚੋਂ ਉਹੀ ਸੇਮ ਵੀ ਡੇਟ 'ਤੇ ਆਪਾਂ ਜਿਹੜੀ ਦਿਨ ਜਾਣਾ ਹੈ ਉਸ ਨੂੰ ਸਿਲੈਕਟ ਕਰ ਲੈਣਾ ਅਤੇ ਫਿਰ ਆਪਾਂ ਅੱਗੇ ਕੰਟੀਨਿਊ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਜਿਹੜਾ ਨੈਕਸਟ ਪੇਜ ਖੁੱਲ੍ਹੇਗਾ ਉਸ 'ਤੇ ਆਪਣਾ ਪਾਰਟ ਹੈ ਜਿਹੜਾ ਆਪਣੇ ਫਾਰਮ ਦਾ ਆਪਾਂ ਫਿੱਲ ਕਰਨਾ ਅਤੇ ਸ਼ੁਰੂ ਵਿੱਚ ਆਪਣੇ ਪਾਸਪੋਰਟ ਟਾਈਪ ਸ਼ੋ ਕਰ ਰਿਹਾ, ਉਹਦੇ ਆਪਾਂ ਔਰਡਨਰੀ 'ਤੇ ਕਲਿੱਕ ਕਰ ਦੇਣਾ। ਫਿਰ ਪਾਸਪੋਰਟ ਨੰਬਰ ਹੈ, ਜੋ ਵੀ ਆਪਣਾ ਪਾਸਪੋਰਟ ਨੰਬਰ ਹੋਊਗਾ ਆਪਾਂ ਉਹ ਇਹਦੇ 'ਤੇ ਫਿੱਲ ਕਰ ਦੇਣਾ। ਡੇਟ ਆਫ ਇਸ਼ੂ ਕੀ ਹੈ, ਆਪਣੇ ਪਾਸਪੋਰਟ ਦੀ ਡੇਟ ਆਫ ਇਸ਼ੂ ਆਪਾਂ ਦੇਖ ਕੇ ਭਰ ਦੇਣੀ ਹੈ ਅਤੇ ਉਹਦੇ ਪਰ ਡੇਟ ਆਫ ਐਕਸਪਾਇਰੀ ਹੈ ਉਹ ਵੀ ਆਪਾਂ ਉਸ ਤੋਂ ਆਪਾਂ ਸਿਲੈਕਟ ਕਰਕੇ ਫਿੱਲ ਕਰ ਦੇਣੀ ਹੈ। ਫਿਰ ਪਲੇਸ ਆਫ ਇਸ਼ੂ ਹੈ, ਪਲੇਸ ਆਫ ਇਸ਼ੂ ਜਿੱਥੇ ਵੀ ਤੁਹਾਡਾ ਪਾਸਪੋਰਟ ਇਸ਼ੂ ਕੀਤਾ ਗਿਆ, ਜਲੰਧਰ ਕੀਤਾ ਗਿਆ, ਚੰਡੀਗੜ੍ਹ ਕੀਤਾ ਗਿਆ, ਦਿੱਲੀ ਕੀਤਾ ਗਿਆ, ਤਾਂ ਉਹ ਆਪਾਂ ਭਰ ਦੇਣਾ। ਫਿਰ ਤੁਹਾਡਾ ਪਾਸਪੋਰਟ 'ਤੇ ਜੋ ਵੀ ਨਾਮ ਹੋਊਗਾ ਪ੍ਰੋਪਰ ਉਹੀ ਸਪੈਲਿੰਗਸ ਤੁਸੀਂ ਮੈਨਸ਼ਨ ਕਰਿਓ ਜੋ ਵੀ ਪਾਸਪੋਰਟ 'ਤੇ ਨੇ, ਅਤੇ ਫਾਦਰ ਦਾ ਨਾਮ ਜੋ ਵੀ ਤੁਹਾਡੇ ਫਾਦਰ ਦਾ ਨੇਮ ਹੈਗਾ ਪਾਸਪੋਰਟ 'ਤੇ ਸਪੈਲਿੰਗ ਆਪਣੀਆਂ ਦੇਖ ਕੇ ਉਹ ਆਪਾਂ ਇਸ 'ਚ ਫਿੱਲ ਕਰ ਦੇਣਾ। ਅਤੇ ਜੈਂਡਰ ਤੁਹਾਡਾ ਜੋ ਵੀ ਜੈਂਡਰ ਹੋਊਗਾ ਮੇਲ ਹੈ ਜਾਂ ਫੀਮੇਲ ਹੋ ਤੁਸੀਂ ਉਹ ਸਿਲੈਕਟ ਕਰਕੇ ਅਤੇ ਕੈਪਚਾ ਜਿਹੜਾ ਕੋਡ ਹੈ ਉਹ ਆਪਾਂ ਭਰ ਲੈਣਾ। ਕੈਪਚਾ ਕੋਡ ਭਰਨ ਤੋਂ ਬਾਅਦ ਆਪਾਂ ਸੇਵ ਐਂਡ ਕੰਟੀਨਿਊ 'ਤੇ ਕਲਿੱਕ ਕਰਾਂਗੇ ਅਤੇ ਫਿਰ ਜਿਹੜਾ ਪਾਰਟ ਹੈ ਆਪਣਾ ਅੱਧਾ ਭਰਿਆ ਜਾਊਗਾ ਅਤੇ ਜਿਹੜਾ ਕੁਝ ਆਪਸ਼ਨ ਰਹਿ ਜਾਣਗੇ ਉਹ ਆਪਾਂ ਥੱਲੇ ਸਕਰੋਲ ਕਰਕੇ ਭਰਨੇ ਆ, ਜਿਵੇਂ ਕਿ ਡੇਟ ਆਫ ਬਰਥ ਆ ਜਾਊਗਾ, ਪਲੇਸ ਆਫ ਬਰਥ ਆ ਜਾਏਗਾ ਵੀ, ਅਤੇ ਜਿਹੜੀ ਪਲੇਸ ਆਫ ਬਰਥ ਸਿਟੀ ਹੈ ਅਤੇ ਫਿਰ ਕੰਟਰੀ ਹੈ ਵੀ ਤੁਹਾਡੀ ਕੰਟਰੀ ਕਿਹੜੀ ਸੀ, ਆਪਾਂ ਕੰਟਰੀ ਪਾ ਦੇਣੀ ਅਤੇ ਐਡਰੈਸ ਆਪਾਂ ਪਾ ਦੇਣਾ, ਐਡਰੈਸ ਆਪਾਂ ਦੋਨਾਂ 'ਚ ਸੇਮ ਪਾ ਦੇਣਾ ਐਡਰੈਸ ਲਾਈਨ 'ਚ। ਅਤੇ ਉਸ ਤੋਂ ਬਾਅਦ ਫਿਰ ਜਿਵੇਂ ਕੰਟਰੀ ਹੈ, ਸਟੇਟ ਹੈ ਅਤੇ ਪਿੰਨ ਕੋਡ ਵਗੈਰਾ ਆਪਾਂ ਭਰ ਦੇਣੇ ਆ। ਇਹ ਭਰਨ ਤੋਂ ਬਾਅਦ ਫਿਰ ਆਪਾਂ ਸੇਵ ਐਂਡ ਕੰਟੀਨਿਊ 'ਤੇ ਕਲਿੱਕ ਕਰਾਂਗੇ ਤਾਂ ਆਪਣਾ ਨੈਕਸਟ ਪਾਰਟ ਵੀ ਸਟਾਰਟ ਹੋਏਗਾ ਅਤੇ ਆਪਾਂ ਨੂੰ ਇੱਕ ਫਾਈਲ ਨੰਬਰ ਵੀ ਦੇ ਦਿੱਤਾ ਜਾਏਗਾ। ਉਸ ਤੋਂ ਬਾਅਦ ਪਾਰਟ ਵੀ ਓਪਨ ਹੋ ਜਾਏਗਾ, ਇਹ ਫਾਰਮ ਦਾ ਦੂਸਰਾ ਪਾਰਟ ਹੈ ਅਤੇ ਇਸ 'ਚ ਆਪਾਂ ਕੁਛ ਡਿਟੇਲਸ ਫਿੱਲ ਕਰਨੀਆਂ ਹੋਣਗੀਆਂ, ਜਿਵੇਂ ਆਧਾਰ ਕਾਰਡ ਵਗੈਰਾ ਨੰਬਰ ਹੋ ਗਿਆ ਜਾਂ ਐਡਰੈਸ ਵਗੈਰਾ ਹੋ ਗਿਆ ਜਾਂ ਬਲੱਡ ਗਰੁੱਪ, ਈਮੇਲ ਵਗੈਰਾ, ਇਹ ਆਪਾਂ ਇਹਦੇ 'ਚ ਫਿੱਲ ਕਰਨਾ। ਸ਼ੁਰੂ ਜਿਵੇਂ ਰੈਜੀਡੈਂਟ ਤੁਸੀਂ ਇੰਡੀਆ ਦੇ ਰੈਜੀਡੈਂਟ ਹੋ ਜਾਂ ਨਹੀਂ ਉੱਤੇ ਕਲਿੱਕ ਕਰ ਦੇਣਾ ਯੈਸ 'ਤੇ, ਅਤੇ ਜਿਹੜਾ ਐਡਰੈਸ ਹੈ ਉਹ ਤੁਹਾਡਾ ਪਾਸਪੋਰਟ ਵਾਲੇ ਚੱਕ ਲਏਗਾ, ਤੁਸੀਂ ਉਹ ਸੇਮ ਐਜ਼ ਮੈਨਸ਼ਨਡ ਇਨ ਪਾਸਪੋਰਟ ਡਿਟੇਲ ਵਾਲਾ ਯੈਸ ਕਰ ਦੇਣਾ ਆਪਸ਼ਨ। ਫਿਰ ਤੁਹਾਡਾ ਪੁਲਿਸ ਜਿਹੜਾ ਸਟੇਸ਼ਨ ਪੈਂਦਾ ਉਸ ਦਾ ਤੁਸੀਂ ਫਿੱਲ ਕਰ ਦੇਣਾ, ਬਲੱਡ ਗਰੁੱਪ ਭਰ ਦੇਣਾ, ਅਤੇ ਈਮੇਲ ਜੇ ਤੁਸੀਂ ਚਾਹੁੰਦੇ ਹੋ ਤਾਂ ਉਹ ਲਿਖ ਦੇਣਾ, ਫੋਨ ਨੰਬਰ ਤੁਸੀਂ ਕਰ ਦੇਣਾ, ਤੁਹਾਡਾ ਮੈਰਿਡ ਸਟੇਟਸ ਕੀ ਹੈ, ਮੈਰਿਡ ਹੋ ਅਨਮੈਰਿਡ ਹੋ ਉਹ 'ਤੇ ਕਲਿੱਕ ਕਰ ਦੇਣਾ, ਅਤੇ ਜਿਹੜਾ ਕਿ ਉਹ ਤੋਂ ਬਾਅਦ ਪ੍ਰੋਫੈਸ਼ਨ ਕੀ, ਸੈਲਫ ਇੰਪਲੋਇਡ ਹੈ ਜਾਂ ਸੈਲਰੀਡ ਹੋ, ਇਹ ਤੁਸੀਂ ਇਹ 'ਤੇ ਕਲਿੱਕ ਕਰ ਦੇਣਾ। ਉਸ ਤੋਂ ਬਾਅਦ ਜਿਵੇਂ ਰਿਲੇਟਿਵਸ ਇਨ ਪਾਕਿਸਤਾਨ ਇਹ 'ਤੇ ਜੇ ਹੈਗੇ ਆ ਤਾਂ ਯੈਸ, ਨਹੀਂ ਤਾਂ ਅਦਰਵਾਈਜ਼ ਨੋ ਕਰ ਦਿਉ। ਅਤੇ ਇਸ ਤੋਂ ਪਹਿਲਾਂ ਤੁਸੀਂ ਪਾਕਿਸਤਾਨ ਗਏ ਜਾਂ ਨਹੀਂ ਗਏ, ਤਾਂ ਜੇਕਰ ਗਏ ਹੋ ਤਾਂ ਯੈਸ, ਨਹੀਂ ਗਏ ਤਾਂ ਨੋ। ਉੱਪਰ ਆਪਸ਼ਨ ਆਧਾਰ ਕਾਰਡ ਅਤੇ ਪੈਨ ਕਾਰਡ ਦਾ ਵੀ ਹੈ ਪਰ ਉਸ 'ਤੇ ਆਪਣਾ ਰੈੱਡ ਸਟਾਰ ਨਹੀਂ ਲੱਗਾ ਹੈ, ਸੋ ਇਹ ਆਪਣੇ ਲਈ ਮੈਂਡੈਂਟਰੀ ਨਹੀਂ ਹੈ ਕਿ ਆਪਾਂ ਇਹ ਭਰਨਾ। ਅਤੇ ਉਸ ਤੋਂ ਬਾਅਦ ਆਪਾਂ ਫਿਰ ਸੇਵ ਐਂਡ ਕੰਟੀਨਿਊ 'ਤੇ ਕਲਿੱਕ ਕਰ ਦੇਣਾ ਅਤੇ ਆਪਣਾ ਨੈਕਸਟ ਪੇਜ ਓਪਨ ਹੋਏਗਾ। ਨੈਕਸਟ ਪੇਜ 'ਤੇ ਆਪਣੇ ਦੇਖਦੇ ਹਾਂ ਪਾਰਟ ਸੀ ਆ ਗਿਆ, ਪਾਰਟ ਸੀ 'ਤੇ ਆਪਾਂ ਜਿਹੜੇ ਕੁਛ ਚੀਜ਼ਾਂ ਨੇ ਬਸ, ਜਿਵੇਂ ਕਿ ਆਪਣੇ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਹੈ ਜਾਂ ਇੱਦਾਂ ਦੀ ਕੋਈ ਚੀਜ਼। ਪਾਰਟ ਸੀ 'ਚ ਕੁਝ ਆਪਸ਼ਨ ਨੇ ਜਿਵੇਂ ਤੁਹਾਡੇ 'ਤੇ ਕ੍ਰਿਮੀਨਲ ਕੇਸ ਜਾਂ ਜੇਲ੍ਹ ਵਗੈਰਾ ਜਾਂ ਤੁਹਾਡੇ ਪਾਸਟ 'ਚ ਕੋਈ ਇੱਦਾਂ ਦਾ ਲਿੰਕ ਰਿਹਾ ਹੋਵੇ ਤਾਂ ਉਹ ਹੈ, ਤਾਂ ਆਪਾਂ ਇਹ ਸਾਰਿਆਂ 'ਤੇ ਨੋ 'ਤੇ ਕਲਿੱਕ ਕਰਕੇ ਆਪਾਂ ਸੇਵ ਐਂਡ ਕੰਟੀਨਿਊ ਕਰ ਲੈਣਾ। ਤਾਂ ਉਸ ਤੋਂ ਬਾਅਦ ਆਪਣਾ ਨੈਕਸਟ ਪਾਰਟ ਓਪਨ ਹੋਏਗਾ, ਪਾਰਟ ਡੀ।
पार्ट डी च कुछ नहीं है, पार्ट डी च बस आप आई एग्री करना है, सेव एंड कंटिन्यू करना है। तो जो अपना टैंपरेरी फाइल नंबर है जोड़ा उपर अपन मैनशन हो रहा है राइट साइड से, तो इसनों आप लिख के या कॉपी वगैरह करके सामभ के तुम रख लो। ये बहुत जरूरी नंबर है, ये जरिए आप दोबारा फाइल ओपन कर सकते हैं। दैन आप सेव एंड कंटिन्यू क्लिक करने तो बाद अपना जोड़ा सारा फार्म है वो सारा सारा भर चुका है, तो अपने सामने आ जाएंगे सारे ऑप्शन। आप जेकर कोई गलती वगैरह या कोई चीज़ फिल नहीं हुई है तो आप दोबारा मोडिफाई एंड एडिट द ऑप्शन थले अपन मिलेगा, आप उस पर क्लिक करके दोबारा मोडिफाई तो एडिट कर सकते हैं। तो जेकर अपना सारा सही है तो आप नैक्सट फोटोग्राफ तो पासपोर्ट की आप अपलोड करने वास्ते क्लिक कर देंगे। उस तो बाद फोटो जी वो आप अपलोड करनी, फोटो की इन्होंने लिखी हुई है 10 KB तो 300 KB के ही उन्होंने साइज होना चाहिए, अदर जे इस तो व्डा होया जा इस तो छोटा होया तो वो अपलोड नहीं होएगी। तो इस करके आप इस मद्देनज़र जरूर रखना है, तो फोटो आप इस साइज़ की ही अपलोड करनी है। इस तो अपलोड करने तो बाद नैक्सट अपना पासपोर्ट का होगा, पासपोर्ट भी अपना पहले दो जो फस्ट पेज होंगे तो लास्ट पेज होंगे अलग अलग PDF दोनों की बनेगी। पहला तुम उन्होंने PDF बना लो, तो PDF का साइज है भी तुम 300 KB तो वह सॉरी 500 KB तो उपर जेकर हैगा तो वह यह अपलोड नहीं होएगी। तो दोनों अलग फस्ट पेज की अलग तो सैकेंड पेज लास्ट पेज की अलग तो आप PDF बना के तो वह आप इस अपलोड कर देनी है। जेकर किसी कारण करके अपना फाइल आप नहीं पूरी कंप्लीट कर पाते भर पाते तो अपना आप दोबारा ही भर सकते हैं, दोबारा फिर उही साइट खोल के उपर ऑप्शन है पार्शल फिल्ड रजिस्ट्रेशन फॉर्म, ये आप क्लिक करना है। जिहड़ा मैं तुहानू कहा सीगा भी फाइल नंबर टैंपरेरी फाइल नंबर सीगा वो आप इत भर के ते कैप्चा कोड भर के ते आप सबमिट कर देना, जिथे आप फाइल छड़ी सी अपनी फार्म छड़िया सीगा उतों ही और दोबारा शुरू हो जाएगा। जिमें कि आप हुण तक फोटो अपलोड कर दी सी ते पासपोर्ट दे दी PDF सी जी फस्ट ते लास्ट पेज दी वो अपलोड करनी रहिंदी सी, ते जदों आपां ये भर देवांगे ते सबमिट ते क्लिक करांगे तो अपना उही पेज खुल जाएगा, ते फिर आपां अपने पासपोर्ट दी PDF दोबारा अपलोड करके सबमिट कर देवांगे ते सबमिट हो जाएगा। इस तो बाद आपके फोन ते मैसेज आ जाएगा कि थोड़ी रजिस्ट्रेशन हो चुकी है, तो उस तो बाद फिर पुलिस वेरीफिकेशन होएगी, तो पुलिस वेरीफिकेशन जिस दिन भी होगी तुहानू सेम डे ही करवानी पेगी, नहीं तो वह कैंसल कर देंगे ने। तो करतारपुर साहब जाने वास्ते 3 चीज़ें जरूरी ने, ETA फॉर्म डाउनलोड होना चाहिए, तो करोना की नैगेटिव रिपोर्ट 72 घंटे, करोना वैक्सीनेशन, तो ETA फॉर्म जदों पुलिस वेरीफिकेशन हो जाएगी उस तो बाद 2 दिन पहला तुहानू मैसेज आ जाएगा कि तुम हम जा सकते हो करतारपुर साहब, तो ETA फॉर्म डाउनलोड कर लेना। ETA फॉर्म आप किवें डाउनलोड कर सकते हैं उस पर मैं तुहानू एक वीडियो बना के जल्द ही तुहाडे सामने पेश करांगा। तो आपां पासपोर्ट बिल्कुल मैंडेटरी है, ये सारे डॉक्यूमेंट होने ने तो अपनी एंट्री उत्थे होगी, तो अपनी $20 फीस होगी जिहड़ी कि आप जो 0 लाइन क्रॉस कर लाँगे तो पाकिस्तान की इमीग्रेसन अपन तो $20 अमेरिकन फीस के तौर पर लवेगी। तो कई बार होंगे भी कई इदा होंगे कि पासपोर्ट से स्टैंप वगैरह लाते हैं कि नहीं, वो पासपोर्ट से कोई स्टैंप नहीं लगाते है। तो इस अलावा मैं पाकिस्तान का ब्लॉग भी बनाया है करतारपुर साहब का, वह भी तुहाडे सामने जल्द ही साझा करांगा, तो तुम देख सकते हो उस A to Z मैं जानकारी दी आप किवें जा सकते हैं, कितने कितने इमीग्रेशन किवें किवें की चीज़ा होंदियां ने, शुरू तो एंड तक तुम सारा ब्लॉग देखियो तुहानू वधिया लगेगा। तो होर वीडियोज़ लई चैनल नू सबसक्राइब कर लेना, तो धन्यवाद।